ਅਸਲਾਮ ਵਾਲੇਕੁਮ ਜੀ, ਕੀ ਹਾਲ ਹੈ ਜੀ ਮੇਰੇ ਯੂਟਿਊਬ ਫੈਮਿਲੀ ਵਾਲਿਆਂ ਦਾ ਜੀ? ਸਾਰੇ ਠੀਕ ਹੋਣਗੇ, ਭੈਣ ਭਰਾ ਅਲਹਮਦੁਲਿਲਾ, ਔਰ ਦੇਸ਼ ਪ੍ਰਦੇਸ਼ 'ਚ ਰਹਿਣ ਵਾਲੇ ਵੀ ਭੈਣ ਭਰਾ ਠੀਕ ਹੋਣਗੇ। ਅਤੇ ਚੱਲਾਂ ਵੀ ਤੁਹਾਡਾ ਸ਼ੇਅਰ ਕਰਦੇ ਹਾਂ ਜੀ ਰੈਸਪੀ ਵੀਡੀਓ ਦੇ ਨਾਲ, ਬਣੇ ਰਹਿਣਾ। ਜਿਹੜਾ ਵੀਡੀਓ ਤਾਂ ਨਿਊ ਹੈ, ਵੀਡੀਓ ਨੂੰ ਲਾਈਕ ਸਬਸਕ੍ਰਾਈਬ ਔਰ ਬੈਲ ਦੇ ਬਟਨ ਬਾਅਦ ਵੀ ਪ੍ਰੈਸ ਕਰੇਗਾ, ਸਭ ਤੋਂ ਪਹਿਲੇ ਵੀਡੀਓ ਤੱਕ ਪਹੁੰਚ ਜਾਵੇ। ਵੀਡੀਓ ਦੇ ਨਾਲ ਬਣੇ ਰਹਿਣਾ। ਤੁਸੀਂ ਕਹਿ ਰਹੇ ਹੋਗਾ ਕਿ ਜੇ ਮੈਂ ਸਿਰ 'ਤੇ ਕੀ ਬਲੇਟਿਆ, ਕਿਉਂਕਿ ਗਰਮੀ ਬਹੁਤ ਜ਼ਿਆਦਾ ਹੈ ਅਤੇ ਬਈ ਜਿਹੜਾ ਨਾ ਜੀ ਮੈਨੂੰ ਸੋਫੇ ਦੀ ਜ਼ਰੂਰਤ ਪੈਂਦੀ ਹੈ, ਅਤੇ ਮੈਂ ਜਿਹੜਾ ਨਾ ਜੀ ਪਸੀਨਾ ਸਾਫ ਕਰਨਾ ਹੁੰਦਾ ਹੈ ਕਿਉਂਕਿ ਗਰਮੀ ਬੜੀ ਸ਼ਦੀਦ ਪੜ ਰਹੀ ਹੈ। ਅਤੇ ਇਸ ਵਜ੍ਹਾ ਤੋਂ ਜਿਹੜਾ ਨਾ ਜੀ ਮੈਂ ਸਾਫਾ ਜਿਹੜਾ ਨਾ ਜੀ ਆਪਣੇ ਸਿਰ 'ਤੇ ਬਲੇਟਿਆ ਹੋਇਆ। ਅਤੇ ਚਲੋ ਵੀਡੀਓ ਦੇ ਨਾਲ ਬਣੇ ਰਹਿਣਾ। ਅੰਮੀ ਮੇਰੇ ਨਾਲ ਮੌਜੂਦ ਨੇ ਕਿਚਨ ਦੇ ਅੰਦਰ ਹੀ, ਤਲੇ ਤੁਹਾਡੇ ਨਾਲ ਸ਼ੇਅਰ ਕਰਨਾ ਜੀ ਬਲੈਕ ਚਨੇ ਦੀ ਰੈਸਪੀ। ਤਾਂ ਵੀਵਰ ਜੀ, ਅੰਮੀ ਬੈਠੇ ਨੇ ਜੀ ਕਿਚਨ ਦੇ ਅੰਦਰ, ਤੁਸੀਂ ਦੇਖ ਸਕਦੇ ਜੀ। ਇਹ ਪਏ ਜੀ ਸਾਡੇ ਕੋਲ ਬਲੈਕ ਚਨੇ ਔਰ ਪਿਆਜ਼। ਬਲੈਕ ਚਨਿਆਂ ਨੂੰ ਅਸੀਂ ਸੁਬਹਾ ਦਾ ਭਿਉਂ ਲਿਆ ਸੀ ਕਿਉਂਕਿ ਪਾਣੀ ਦੇ ਵਿੱਚ ਇਹਨਾਂ ਨੂੰ ਭਿਗੋ ਕੇ ਰੱਖੀਦਾ। ਚੱਲੇ ਵੀਵਰ, ਇਹਦੇ ਅੰਦਰ ਐਡ ਕਰਤਾ ਜੀ ਪਿਆਜ਼, ਸਭ ਕੱਟ ਕੱਟ ਕੇ ਜਿਹੜਾ ਨਾ ਜੀ ਅੱਧਾ ਛੋਟਾ ਪਿਆਜ਼ ਹੈਗਾ ਸੀ ਅਤੇ ਉਹਨੂੰ ਜਿਹੜਾ ਨਾ ਜੀ ਚਾਰ ਹਿੱਸਿਆਂ 'ਚ ਕੱਟ ਲਿਆ। ਅਤੇ ਨਮਕ ਮਿਰਚ ਹਲਦੀ ਜਿਹੜਾ ਨਾ ਜੀ ਉਹ ਐਡ ਕਰਨੇ ਇਹਦੇ ਅੰਦਰ ਹੀ। ਤੋ ਪਾਣੀ ਜਿਹੜਾ ਨਾ ਜੀ ਇਹਦੇ ਅੰਦਰ ਐਡ ਕਰਾਂਗੇ। ਢਾਈ ਗਲਾਸ ਪਾਣੀ ਦੇ ਅੰਮੀ ਨੇ ਐਡ ਕਰਤੇ ਨੇ ਜੀ ਚਣਿਆਂ ਲਈ। ਅਤੇ ਚੱਲੇ ਵੀਵਰ, ਇਹਨੂੰ ਉੱਪਰ ਰੱਖਦੇ ਹਾਂ ਜੀ ਚੁੱਲ੍ਹੇ ਦੇ। ਇਹਨੂੰ ਦਿੰਦੇ ਹਾਂ ਜੀ ਵੀਵਰ ਵੇਟ, ਜਿਹੜਾ ਨਾ ਜੀ ਇਹ ਗਲ ਜਾਣ। ਉਹ ਤੁਹਾਡੇ ਕੋਲ ਪਏ ਜੀ ਪਰ ਉਹ ਕਰੇਲੇ ਵੀ ਪਏ ਨੇ, ਉਹ ਥੋੜ੍ਹੇ ਜਿਹੇ ਕਰੇਲੇ ਉਹ ਅਸੀਂ ਪਕਾਏ ਕੋਈ ਨਹੀਂ। ਅਤੇ ਵੀਵਰ ਜਿਹੜਾ ਨਾ ਜੀ ਬਲੈਕ ਚਨੇ ਦੀ ਰੈਸਪੀ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਜੀ ਪਕਾ ਕੇ। ਅਤੇ ਚੱਲੇ ਵੀਵਰ, ਵੀਡੀਓ ਦੇ ਨਾਲ ਬਣੇ ਰਹਿਣਾ, ਅਗਾਂਹ ਪਿੱਛਾ ਨਾ ਹੋਣਾ। ਅਤੇ ਵੀਡੀਓ ਨੂੰ ਸਲਿਪ ਮਤ ਕਰਿਆ ਕਰੋ, ਪੂਰੀ ਦੇਖ ਲਿਆ ਕਰੋ, ਵੀਡੀਓ ਨੂੰ ਵਾਚ ਕਰ ਲਿਆ ਕਰੋ। ਥੈਂਕ ਯੂ ਸੋ ਮੱਚ ਫੁੱਲ ਵਾਚਿੰਗ। ਅਤੇ ਗਰਮੀ ਸਾਡੇ ਅੱਜ ਪੈ ਰਹੀ ਤਕਰੀਬਨ 38 ਡਿਗਰੀ ਤਾਂ ਸਾਡੀ ਗਰਮੀ ਪਈ ਹੈ। ਕੱਲ੍ਹ ਤੇਜ਼ ਸੀ ਗਰਮੀ, ਕੱਲ੍ਹ ਜਿਹੜਾ ਸੀ ਨਾ ਜੀ ਤਕਰੀਬਨ 43 ਡਿਗਰੀ 'ਤੇ ਸੀ ਗਰਮੀ, ਅੱਜ ਤਕਰੀਬਨ ਜਿਹੜਾ ਨਾ 38 ਡਿਗਰੀ 'ਤੇ ਆ। ਅੱਜ ਜਿਹੜਾ ਨਾ ਕੁਛ ਹਵਾ ਵੀ ਨਾਲ ਚੱਲਦੀ ਰਹੀ ਜਿਹਦੀ ਵਜ੍ਹਾ ਤੋਂ ਥੋੜ੍ਹਾ ਜਿਹਾ ਨਾ ਕੁਛ ਪਰਸੈਂਟ ਘੱਟ ਰਹੀ ਹੈ ਗਰਮੀ। ਵੀ ਬਸ ਜਿਹੜਾ ਨਾ ਜੀ ਪਾਣੀ ਬਿਲਕੁਲ ਖੁਸ਼ਕ ਹੋ ਚੁੱਕਿਆ ਹੈ, ਔਰ ਪਿਆਜ਼ ਵੀ ਜਿਹੜਾ ਨਾ ਉਹਦੇ ਅੰਦਰ ਗਲ ਚੁੱਕਿਆ ਹੈ। ਅਤੇ ਚਲੋ ਇਹਦੇ ਅੰਦਰ ਆ ਕਰਨੇ ਜੀ ਐਡ ਘਿਓ ਵੀ, ਇਹਦੇ ਨਾਲ ਜਿਹੜਾ ਨਾ ਜੀ ਇਹਨੂੰ ਅਸੀਂ ਕਰਾਂਗੇ ਜੀ ਇਹਦੀ ਭੁਨਾਈ ਚੰਗੀ ਤਰ੍ਹਾਂ ਚਣਿਆਂ ਦੀ। ਵੀ ਬਸ 3 ਚਮਚ ਜਿਹੜਾ ਨਾ ਜੀ ਅੰਮੀ ਨੇ ਘੀ ਦੇ ਐਡ ਕਰਤੇ ਨੇ। ਚਲੋ ਇਹਨੂੰ ਅੱਛੇ ਤਰੀਕੇ ਨਾਲ ਕਰਨੇ ਜੀ ਇਹਦੀ ਭੁਨਾਈ ਇਸ ਘੀ ਦੇ ਅੰਦਰ, ਅਤੇ ਫਿਰ ਜ਼ਰੂਰਤ ਦੇ ਮੁਤਾਬਕ ਰੱਖਾਂਗੇ ਜੀ ਅਸੀਂ ਸ਼ੋਰਬਾ।
ਜੇਕਰ ਚਣਿਆਂ ਨੂੰ ਜਿਹੜਾ ਨਾ ਜੇ ਘੀ ਦੇ ਅੰਦਰ ਜਿੰਨਾ ਜ਼ਿਆਦਾ ਭੁਨਾਈ ਕੀਤਾ ਜਾਵੇ ਨਾ ਉਹਨਾਂ ਜ਼ਿਆਦਾ ਹੀ ਉਨਾ ਜ਼ਿਆਦਾ ਨਾ ਇਹਦਾ ਸ਼ੋਰਬਾ ਜਿਹੜਾ ਨਾ ਲਜ਼ੇਦਾਰ ਬਣ ਜਾਂਦਾ। ਚਲੋ ਵੀਵਰ ਐਡ ਕਰਨੇ ਜੀ ਪਾਣੀ, ਤੁਸੀਂ ਆਪਣੇ ਕੰਟੀਨਿਊਸ ਦੇ ਨਾਲ ਜਿੰਨਾ ਸ਼ੋਰਬਾ ਰੱਖਣਾ ਚਾਹੁੰਦੇ ਜੀ ਰੱਖ ਸਕਦੇ ਜੀ, ਲੇਕਿਨ ਅਸੀਂ ਆਪਣੇ ਹਿਸਾਬ ਦੇ ਨਾਲ ਜਿਹੜਾ ਨਾ ਜੀ ਵੀਵਰ ਇਹਦਾ ਗ੍ਰੇਵੀ ਰੱਖਾਂਗੇ ਸ਼ੋਰਬਾ ਰੱਖਾਂਗੇ। ਬਾਅਦ ਨੇ ਨਹਾ ਲਿਆ, ਗਰਮੀ ਬੜੀ ਸੀ। ਉੱਪਰ ਕਰੋ, ਇਧਰ ਕਰੋ, ਵੀਵਰ ਜੀ ਚਣੇ ਝਾੜੇ ਨਾ ਸਾਡੇ ਜੀ ਬਿਲਕੁਲ ਰੈਡੀ ਹੋ ਚੁੱਕੇ ਨੇ। ਚਲੇ ਵੀਵਰ ਕਰਨੇ ਜੀ ਇਹਦੇ ਡਿਸ਼ ਆਊਟ, ਧਨੀਆ ਉੱਪਰ ਸਬਜ਼ ਐਡ ਹੋ ਚੁੱਕੇ ਆ, ਲਓ ਜੀ ਵੀਵਰ ਜੀ ਇਹ ਜੀ ਸਾਡੇ ਬਲੈਕ ਚਨੇ ਦੀ ਰੈਸਪੀ, ਤੁਸੀਂ ਦੇਖ ਸਕਦੇ ਇਹਦੀ ਫਾਈਨਲ ਲੁੱਕ। ਜੇ ਅਗਰ ਤੁਹਾਨੂੰ ਅੱਛੀ ਲੱਗੀ ਹੋਵੇ ਜੀ ਸਾਡੀ ਬਲੈਕ ਚਨੇ ਦੀ ਰੈਸਪੀ ਤਾਂ ਆਪਣੇ ਭਰਾ ਨੂੰ ਕੋਮੈਂਟ ਬੈਗ ਲਾਜ਼ਮੀ ਦੇਈਏਗਾ ਜੀ, ਅਤੇ ਮੈਨੂੰ ਦਿਓ ਜੀ ਤੁਸੀਂ ਇਜਾਜ਼ਤ। ਇਨਸ਼ਾਅੱਲਾ ਤਾਲਾ ਜੀ ਕੱਲ੍ਹ ਫਿਰ ਇੱਕ ਨਏ ਰੈਸਪੀ ਦੇ ਨਾਲ ਤਾਂ ਹਾਜ਼ਰ ਹੋਵਾਂਗੇ। ਆਪਣਾ ਬਹੁਤ ਜ਼ਿਆਦਾ ਖਿਆਲ ਰੱਖਣਾ ਔਰ ਮੈਨੂੰ ਵੀ ਦੁਆ ਯਾਦ ਰੱਖਣਾ। ਅੱਲਾ ਹਾਫਿਜ਼।